ਡਾਕਟਰ ਸਾਹਿਬ ਇਹ ਮੇਰਾ ਭਰਾ ਜ਼ਿਆਦਾ ਦੋਸਤ ਘੱਟ ਰਿਹਾ ਚੈੱਕ ਕਰੋ। ਸਾਲ ਹੋ ਲੰਬੇ ਲੰਬੇ ਸਾਲ ਹੋ ਡਾਕਟਰ ਸਾਹਿਬ, ਨਾ ਵਿਸਕੀ ਪੀਂਦਾ, ਨਾ ਰਮ, ਨਾ ਬਰਾਂਡੀ, ਤੇ ਬਿਮਾਰ ਦੇ ਹੋ ਨਹੀਂ। ਚੁੱਪ ਕਰੋਗੇ? ਆ ਕਰੋ, ਜ਼ੋਰ ਦੀ ਕਰੋ, ਤੁਹਾਡਾ ਨਾ ਗਲਾ ਪੱਕਿਆ ਹੋਇਆ। ਖੰਘ ਬਹੁਤ ਆਉਂਦੀ ਡਾਕਟਰ ਸਾਹਿਬ। ਡਾਕਟਰ ਸਾਹਿਬ ਖਾਂਸੀ ਦਾ ਇੱਕੋ ਇਲਾਜ, ਬਰਾਂਡੀ ਦਾ ਲੱਡੂ ਜਾਂ ਪੈਗਲੋ, ਬਰਾਂਡੀ ਚ ਗਰਮ ਪਾਣੀ ਪਾ ਕੇ ਲੱਡੂ ਜਾਂ ਪੈਗਲ ਲਾਇਆ ਹੋਵੇ ਤੇ ਖੰਘ ਠੀਕ ਹੋ ਜਾਂਦੀ। ਤੁਹਾਨੂੰ ਪਤਾ ਬਰਾਂਡੀ ਪੀਣ ਦੇ ਨਾਲ ਲੀਵਰ ਖਰਾਬ ਹੋ ਜਾਂਦਾ? ਲੀਵਰ ਹੁੰਦਾ ਹੋਏਗਾ ਖਰਾਬ, ਮੈਂ ਖਾਂਸੀ ਦੀ ਗੱਲ ਕਰਦਾ ਪਿਆ। ਡਾਕਟਰ ਸਾਹਿਬ ਮੈਨੂੰ ਸਿਰ ਦਰਦ ਬਹੁਤ ਹੁੰਦੀ, ਦੱਸੋ ਕੁਝ ਕਰਾਂ, ਕੀ ਕਰਾਂ ਮੈਂ? ਡਾਕਟਰ ਸਾਹਿਬ ਮੈਂ ਨਾ ਤੁਹਾਨੂੰ ਕੁਝ ਦਵਾਈਆਂ ਲਿਖ ਦੇਣਾ ਤੇ ਬਸ 2 ਦਿਨਾਂ ਹੀ ਤੁਹਾਨੂੰ ਫਰਕ ਪੈ ਜਾਏਗਾ। ਡਾਕਟਰ ਸਾਹਿਬ ਦਵਾਈਆਂ ਦੀ ਲੋੜ ਹੀ ਨਹੀਂ, ਸਿਰ ਦਰਦ ਦਾ ਇੱਕੋ ਇਲਾਜ, ਥੋੜੀ ਜਿਹੀ ਖਸਕਾਸ, ਥੋੜਾ ਜਿਹਾ ਦੁੱਧ ਭੰਗ ਵਿੱਚ ਪਾ ਕੇ ਤੇ ਸ਼ਰਦਈ ਬਣਾ ਕੇ ਇਹ ਪੀਓ, ਦਿਮਾਗ ਬਿਲਕੁਲ ਤਾਰ ਹੋ ਜਾਏਗਾ। ਭਾਈ ਸਾਹਿਬ ਤੁਹਾਨੂੰ ਪਤਾ ਭੰਗ ਪੀਣ ਦੇ ਨਾਲ ਦਿਮਾਗ ਖਰਾਬ ਹੋ ਜਾਂਦਾ ਹੈ। ਖਰਾਬ ਹੋ ਜਾਂਦਾ ਡਾਕਟਰ ਸਾਹਿਬ, ਡਾਕਟਰ ਸਾਹਿਬ ਮੇਰੇ ਕੋਲ ਉੱਠਿਆ ਨਹੀਂ ਜਾਂਦਾ, ਮੈਂ ਕੀ ਕਰਾਂ? ਮੈਂ ਨਾ ਤੁਹਾਨੂੰ ਕੁਝ ਦਵਾਈਆਂ ਲਿਖ ਦੇਣਾ, ਤੁਸੀਂ ਬਸ 2 ਦਿਨ ਸਵੇਰੇ ਸ਼ਾਮ ਲੈਣੀ ਹੈ ਤੇ ਬਸ ਤੁਸੀਂ ਪਰਸੋਂ ਤੱਕ ਬਿਲਕੁਲ ਠੀਕ ਹੋ ਜਾਓਗੇ। ਨਾ ਨਾ ਡਾਕਟਰ ਸਾਹਿਬ, ਉੱਠਿਆ ਕਿੱਦਾਂ ਜਾਊ? ਦੇਖੋ ਜੀ ਮੈਂ ਪਹਿਲੇ ਗਿਆ ਸੀ, ਉੱਠਿਆ ਤੇ ਤਾਂ ਜਾਊ ਨਾ, ਇੱਕ ਰਮ ਦਾ ਵੱਡਾ ਜਿਹਾ ਪੈਗਲ ਆਇਆ ਹੋਵੇ ਸਰਦੀਆਂ ਚ ਤੇ ਵੱਡੇ ਵੱਡੇ ਉੱਡ ਜਾਂਦੇ। ਭਾਈ ਸਾਹਿਬ ਤੁਹਾਨੂੰ ਪਤਾ ਰਮ ਪੀਣ ਦੇ ਨਾਲ ਕਿਡਨੀ ਫੇਲ ਹੋ ਜਾਂਦੀ ਹੈ। ਕਿਡਨੀ ਖਰਾਬ ਹੁੰਦੀ ਹੋਊਗੀ, ਮੈਂ ਤਾਂ ਉੱਠਣ ਦੀ ਗੱਲ ਕਰਦਾ ਪਿਆ ਡਾਕਟਰ ਸਾਹਿਬ। ਦਵਾਈ ਲਿਖੋ, ਮੇਰੀ ਖਾਂਸੀ ਨਹੀਂ ਜਾਂਦੀ ਵੀ। ਡਾਕਟਰ ਸਾਹਿਬ ਇਹਨੂੰ ਕੋਈ ਦਵਾਈ ਦੇਣ ਦੀ ਲੋੜ ਨਹੀਂ, ਕਿੱਥੇ ਤੁਹਾਡਾ ਪੈਨ ਕਾਪੀ ਕੋਈ ਲੋੜ ਨਹੀਂ, ਇਹਨੂੰ ਬੰਦ ਕਰ ਲਓ। ਇਹਨਾਂ ਨੂੰ ਪਤਾ ਕੀ ਕਰੋ, ਠੇਕੇ ਤੇ ਜਾਓ, ਇੱਕ ਸ਼ਰਾਬ ਦੀ ਲਓ ਬੋਤਲ, ਅਜੀ ਆਗੂ ਇਹਨਾਂ ਨੂੰ ਦਿੱਤਾ ਜਾਵੇ ਗਰਮ ਪਾਣੀ ਜੇ ਪਾ ਕੇ ਤੇ ਖਾਂਸੀ ਹੋ ਗਈ। ਸਰ ਸ਼ਰਾਬ ਪੀਣ ਦੇ ਨਾਲ ਕੋਈ ਖਾਂਸੀ ਚਲੀ ਜਾਂਦੀ ਹੈ? ਕਹਿੰਦੇ ਸ਼ਰਾਬ ਨਾਲ ਖਾਂਸੀ ਆ ਸਕਦੀ? ਉਹ ਡਾਕਟਰ ਸਾਹਿਬ ਸ਼ਰਾਬ ਨਾਲ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਚਲੇ ਗਈ, ਮੇਰੇ ਬੱਚੇ ਮੈਨੂੰ ਛੱਡ ਕੇ ਚਲੇ ਗਏ, ਮੇਰੀ ਸਰਕਾਰੀ ਨੌਕਰੀ ਚਲੇ ਗਈ, ਮੇਰੀ 25 ਕਿੱਲੇ ਜ਼ਮੀਨ ਚਲੇ ਗਈ, ਉਹਦੀ ਖਾਂਸੀ ਨਹੀਂ ਜਾਊ।